ਈ ਨਾਂ ਸੀ ਸੰਧੂ ਸਾਹਿਬ, ਈਸ਼ਰ ਸਿੰਘ ਜੀ, ਇਹ ਮਰਚੈਂਟ ਨੇਵੀ ਚ ਰਹੇ ਨੇ। ਇਹ ਜਿਹੜੀ ਉਹ ਬੰਦਰਗਾਹਾਂ ਵਾਲੀ ਹੁੰਦੀ ਨਾ ਉਹਦੇ ਵਿੱਚ, ਹਾਂ, ਤੋ ਇਸ ਗੱਲ ਕਾਰਨ ਈਸ਼ਰ ਸਿੰਘ ਜੀ ਨਾ 22 ਲੋਕ ਹਾਏ ਰਾਏਕੋਟ ਹਲਕੇ ਤੇ ਸਾਨੂੰ, ਇਸੇ ਗੱਲ ਕਾਰਨ ਹੀ ਡਾਕਟਰ ਅਮਰ ਸਿੰਘ ਜੀ ਅਸੀਂ ਵੀ ਚਾਹੁੰਦੇ ਹਾਂ ਜਿਸ ਮੋਰਚੇ ਤੇ ਤੁਹਾਨੂੰ ਲਾਇਆ ਉੱਥੇ ਵੀ ਤਗੜੇ ਹੋ ਕੇ ਪਹਿਰਾ ਦਿਓ ਜਿਸ ਤਰ੍ਹਾਂ ਈਸ਼ਰ ਸਿੰਘ ਜੀ ਨੇ ਉੱਥੇ ਦਿੱਤਾ ਸੀ। ਹਾਂ, ਹੁਣ ਇਹ ਗੱਲ ਸਮਝ ਲਓ ਕਿੱਧਰ ਨੂੰ ਜਾਂਦੀ ਫਿਰਦੀ ਗੱਲ, ਢਿੱਲ ਮੱਠ ਨਾ ਕਰਿਓ। ਹਾਂਜੀ, ਚੋਰੜ ਕਿੱਥੇ? ਰਾਏਕੋਟ ਹਲਕੇ। ਮੈਂ ਇਸੇ ਗੱਲੋਂ ਤੇ ਐਮ ਪੀ ਸਾਹਿਬ ਨੂੰ ਗੱਲ ਕਹੀ ਹੈ, ਬਹੁਤ ਬਹੁਤ ਤੁਹਾਡੇ ਝੁਰੜ ਉਸੇ ਪਿੰਡ ਤੋਂ ਹੀ। ਕਹਿਣ ਦਾ ਮਕਸਦ ਐਮ ਪੀ ਸਾਹਿਬ ਨੂੰ ਵੀ ਇਹੀ ਸੀ ਜਿਸ ਤਰ੍ਹਾਂ ਉਹਨਾਂ ਨੇ ਮੋਰਚਾ ਸਾਂਭਿਆ ਸੀ, ਭਾਵੇਂ ਸ਼ਹਾਦਤ ਹੋ ਗਈ ਸੀ ਮੋਰਚਾ ਨਹੀਂ ਸੀ ਛੱਡਿਆ। ਹੁਣ ਦਿੱਲੀ ਵਾਲਾ ਮੋਰਚਾ ਅਮਰ ਸਿੰਘ ਜੀ ਇਸ ਤਰ੍ਹਾਂ ਹੀ ਬੰਨ ਕੇ ਰੱਖਣਾ, ਇਹ ਨਾ ਕਰਿਓ ਤੁਸੀਂ ਉੱਥੇ ਰਹਿ ਜਾਓ, ਸਾਨੂੰ ਸ਼ਹੀਦ ਇੱਥੇ ਕਰਾ ਦਿਓ। ਇਹ ਤੁਸੀਂ ਆਪੇ ਯਾਦ ਕਰਾ ਦਿੱਤਾ ਤੇ ਹੁਣ ਇਹ ਵੱਡਾ ਹੋਰ ਤੁਹਾਡੇ ਤੇ ਇਸ ਗੱਲ ਦਾ, ਇਹਨਾਂ ਨਾਲ ਜਾਲੀਆਂ ਜਿਹਾ ਨਾਲ ਸਾਨੂੰ ਨਾ ਕਦੇ ਇਕੱਠਿਆਂ ਕਰਾ ਦੇ, ਇਹ ਰਿਸ਼ਤਾ ਸਾਨੂੰ ਮਨਜ਼ੂਰ ਨਹੀਂ। ਤੇ ਸੈਂਟਰ ਦੀ ਗੱਲ ਲੰਬਾ ਨਹੀਂ ਬਹੁਤਾ ਅੱਜ ਜਾਣਾ ਕਿਉਂਕਿ ਅਜੇ ਆ ਵੇਖ ਲਈਏ 10-15 ਦਿਨ ਬਣਦਾ ਕੀ ਹੈ। ਗੱਲਾਂ ਤੇ ਬਹੁਤ ਸਾਰੀਆਂ ਕਹਿਣ ਵਾਲੀਆਂ ਨੇ, ਬੈਕ ਨਹੀਂ ਮਾਰਨ ਵਾਲੇ, ਤਾਂ ਹੀ ਮੈਂ ਉਤਰਿਆ ਵੀ ਅਗਲੇ ਪਾਸਿਓਂ ਸੀ, ਪਿੱਛੋਂ ਦੀ ਨਹੀਂ ਸੀ ਆਇਆ ਸਟੇਜ ਉੱਤੇ। ਕਹਿੰਦੇ ਸੀ ਪਿੱਛੋਂ ਦੀ ਲੁੰਮ ਹੈ ਨਹੀਂ ਇਹ, ਪਿੱਛੋਂ ਨਹੀਂ ਹੁਣ ਬੈਕ ਨਹੀਂ ਮਾਰਨਾ, ਹੁਣ ਅੱਗੇ ਤੋਂ ਹੀ ਜਾਣਾ, ਹੁਣ ਜਿੱਧਰ ਨੂੰ ਮਰਜ਼ੀ ਲੈ ਜਾਓ, ਜਮਰੌਤ ਦੇ ਕਿਲੇ ਨੂੰ ਲੈ ਜਾਓ, ਭਾਵੇਂ ਆ ਜਿਹੜਾ ਸੀ। ਹਾਂ, ਸੋ ਇਹ ਇਸ ਗੱਲ ਕਰਨਾ। ਉਹ ਪ੍ਰਧਾਨ ਜੀ ਤੁਸੀਂ ਵੀ ਆ ਜਾਓ, ਤੁਸੀਂ ਵੀ ਹੁਣ ਅਗਲੇ ਪਾਸੇ ਨੂੰ ਆ ਜਾਓ।